التماس دعا برے حجت خدا امام زمان علیہ الصلوۃ والسلام. ماشاء اللہ لا حول ولا قوۃ الا باللہ العلی العظیم. بسم اللہ الرحمن الرحیم. اللہم کن ولیک الحجت ابن الحسن علیہ السلام صلواتک علیہ وعلی آبائہ فی ھذہ الساعۃ وفی کل ساعۃ من سات الليل والنهار وليا وحافظا وكيدا وناصرا ودليلا وإننا حتى تسكنه أرزك طوعا وتمتعه فيها طويلا. بسم الله الرحمن الرحيم. يا صاحب الزمان ادركنا ولا تهلكنا بحق جدتك سيدة فاطمة الزهراء. اے بی بی محتاج صلوات نہیں لائی کے صلواتے. بسم اللہ الرحمن الرحیم. یا کاشف الکرب عن وجه الحسین علیہ السلام. میں ذرا بسم اللہ الرحمن الرحیم. یا کاشف الکرب عن وجه الحسین. اکشف کربی و کرب المومنین بے حق يا باب الهواج يا هجاب أم المصائب أدركني سبيل الله. اللهم صل على محمد وآل محمد واجل فرج آل محمد. جنگ مک گئی ہے دوہے بھیڑ میرا جی بابا میں نوکر میں لکھواریا کھاں ازادہ رندہ نوکر جی بابا میں نوکر آلیہ سین تے مظلوم کربلا صرف بہن بھیرا نہیں بھائی والوین بہتر جان دیو جنا بھائی وال کٹھوں میں نے حساب کرنے بھین بھیراؤں میں لے کٹھے تھائیں جنا بھین دی چادر کوئی نہیں بھیرا نو ہی سانتے تقسیم جنا میری سین بھیرا دیکھو لئیے بی بی آدیے جنگ مک گئیے دوئے بھین بھیرا ہوتے چکریے ویر مزانے بی بی آدیے ساڑا کے بچی آئے کیا خرچ تھی اے وچ کربل دے میدانے ادبیاں شاہ فرمایا اماں دی جائی ہے تیڑا میں
ਔਲਾਦ ਨੁਕਸਾਨ ਏ ਸਯਾਦਾ ਦੇ ਮੇਰਾ ਇੱਕ ਤਾਂ ਬਚ ਗਈ ਹੈ ਦੁਨੀਆ ਤੇ ਤੇਰੀ ਨਸਲ ਦਾ ਖਤਾ ਜੀ ਬਾਬਾ ਮੈਂ ਨੌਕਰ ਚਲੋ ਤੁਸੀਂ ਹੁਕਮ ਦਿੱਤੇ ਚਲੋ ਉਵੇਂ ਚਪੜਨਾ ਇਵੇਂ ਮੈਂ ਪੜਾ ਕਦਾਂ ਨਹੀਂ ਕਦਾਂ ਤੂੰ ਮੁਰਾਦ ਦੇ ਇਸ ਇਲਾਕੇ ਚ ਪੜਦਾ ਕਦਾਂ ਹਰ ਇਲਾਕੇ ਦੀ ਇੱਕ ਰਮਜ਼ ਹੁੰਦੀ ਹੈ ਖਾਨ ਸਾਹਿਬ ਹਰ ਇਲਾਕੇ ਦਾ ਇੱਕ ਵਹਿਣ ਹੁੰਦਾ ਇਹ ਇਲਾਕੇ ਦਾ ਵਹਿਣ ਹੈ ਸ਼ਾਹ ਫਰਮਾਇਆ ਮੇਰੀ ਅੰਮਾ ਦੀ ਜਾਈ ਤੇਰਾ ਮੈਂ ਤੂੰ ਆਦੀ ਨੁਕਸਾਨ ਮੇਰਾ ਹੀ ਕਤਾ ਬਚ ਗਈ ਹੈ ਦੁਨੀਆ ਤੇ ਵੋ ਤੇਰੀ ਨਸਲ ਦਾ ਖਤਮ ਨਿਸ਼ਾਨ ਤੇ ਘੁਮਾ ਸੱਜਣ ਵਾਲਾ ਕੋਈ ਨਹੀਂ ਤੇਰੀ ਨਸਲ ਮੁੱਕ ਗਈ ਏ ਮਾਲਿਕ ਵਸਦ ਰੱਖੇ ਸੱਯਦ ਆਬੀ ਵੀ ਰਾਜ਼ੀ ਹੋਵੇ ਮੇਰੇ ਭਾਈ ਦੱਸਾਇਓ ਮਿਹਨਤ ਕਬੂਲ ਹੋਵੇ ਦੋ ਚਾਰ ਲਫ਼ਜ਼ ਦੁਆ ਦੇ ਤਾਂ ਮੈਂ ਆਖਣਾ ਚਾਹੁੰਦਾ ਤੁਸਾਂ ਜਿੱਥੋਂ ਜਿੱਥੋਂ ਟੁਰ ਕੇ ਆਵੇ ਮਾਲਿਕ ਤੁਹਾਡੇ ਸਫ਼ਰ ਬੇਖਤਰ ਫਰਮਾਵੇ ਔਰ ਇੱਕ ਇੱਕ ਕਦਮ ਦੇ ਬਦਲੇ ਮਾਲਿਕ ਅਜਰ ਕਸੀਰ ਅਤਾ ਫਰਮਾਵੇ ਮਾਸਟਰ ਸ਼ਹਿਦ ਮਾਲਿਕ ਸਿਹਤ ਅਤਾ ਫਰਮਾਵੇ ਮੇਰਾ ਅਜ਼ੀਜ਼ ਇੱਕ ਵਕਾਰ ਬਿਮਾਰ ਮਾਲਿਕ ਉਹਨਾਂ ਕੋ ਸ਼ਿਫਾ ਅਤਾ ਫਰਮਾਏ ਪੈ ਵੀ ਕੋਈ ਮਰੀਜ਼ ਹਨ ਤਾਂ ਮਾਲਿਕ ਤਰਸ ਫਰਮਾਵੇ ਸੱਯਦ ਆਦ ਸਦਕਾ ਮਾਲਿਕ ਮਿਹਰਬਾਨੀ ਫਰਮਾਵੇ ਕੜੀਆਂ ਪਾ ਖੜੀਏ ਜੀ ਬਿਸਮਿਲਲਾ ਜੀ ਮੈਂ ਨੌਕਰ ਜੀ ਜੀ ਮੈਂ ਨੌਕਰ ਮੈਂ ਲੱਖ ਵਾਰੀ ਮੈਂ ਲੱਖ ਕੜੀਆਂ ਇਹਦੀਆਂ ਸੌਖੀਆਂ ਨਹੀਂ ਪਾਦੀਆਂ ਔਰ ਇਹ ਮੈਂ ਨੌਕਰ ਬਾਬਾ ਇਹ ਜਿਹੜੀਆਂ ਮੈਂ ਨੌਕਰ ਬਾਬਾ ਮੈਂ ਲੱਖ ਵਾਰੀ ਆਖਾਂ ਇਹ ਜਿਹੜੀਆਂ ਕੜੀਆਂ ਪਾਤੀਆਂ ਨਾ ਇਹ ਕਹਿ ਫੌਜੀ ਨਹੀਂ ਪਵਾਈਆਂ ਉਹ ਤਾਂ ਬੀਬੀ ਯਾਰਾਂ ਦੀ ਰਾਤ ਹੱਦ ਰੱਖ ਦਿੱਤੀ ਹੈ ਬੀਬੀ ਆਖੇ ਅਲੀ ਦੀਆਂ ਧੀਆਂ ਤਾਂ ਦੂਰ ਦੀ ਗੱਲ ਏ ਕਹਿ ਸਾਡੇ ਨੌਕਰ ਦੀ ਪਰਦਾਦਾਰ ਕੋ ਹੱਥ ਲਾ ਕੇ ਵਿਖਾਓ ਇਹ ਤੁਹਾਡੇ ਵਸ ਚ ਹੀ ਨਹੀਂ ਵੱਧ ਕੜੀਆਂ ਦੀ ਗੱਠੜੀ ਖਿੰਦਾ ਮੇਰਾ ਮੌਲਾ ਸੱਜਾਦ ਜ਼ਹਿਨ ਚ ਇਹ ਰੱਖੇ ਬੇ ਗੱਠੜੀ ਉਹ ਚਾਹੀਦਾ ਜਿਹੜਾ ਮੱਸਾ ਬਰਦਾਸ਼ਤ ਨਹੀਂ ਕਰਦਾ ਇਹ ਇਵੇਂ ਮਾਂ ਦੇ ਸਾਹਮਣੇ ਰੱਖੀਏ ਅੰਮਾ ਅਜਰ ਰਿਸਾਲਤ ਏ ਇਹ ਕਈ ਬੰਦੇ ਆਦਨ ਵੀ ਮੈਂ ਜ਼ਾਕਰੀ ਨਹੀਂ ਕਰ ਰਿਹਾ ਰਿਵਾਇਤ ਪੜ੍ਹ ਰਿਹਾ ਸਹੀ ਰਿਵਾਇਤ ਦਾ ਮਤਲਬ ਜ਼ਾਕਰੀ ਦਾ ਇਹ ਨਹੀਂ ਹੁੰਦਾ ਕਿ ਉਹ ਰਿਵਾਇਤ 'ਚ ਨਹੀਂ ਆਉਂਦੀ ਜ਼ਾਕਰੀ ਇਹ ਕੁ ਆਦਨ ਮੈਂ ਲਫ਼ਜ਼ ਆਖੀ ਖੜਾ ਇਹ ਅਜਰ ਰਿਸਾਲਤ ਹੈ ਇਹ ਇੱਕ ਜ਼ਾਕਰੀ ਆਦਨ ਉਹਦੇ ਤੋਂ ਮਫਹੂਮ ਬਦਲ ਸੀ ਨਹੀਂ ਅਤੇ ਤੇਰੀ ਹੈ ਥੀ ਸੀ ਇਹ ਅਜਰ ਰਿਸਾਲਤ ਲਫ਼ਜ਼ ਬਦਲ ਕੇ ਪਿਆ ਦਾ ਮਾਂ ਤੋਂ ਦੇਖ ਕੇ ਆਦਨ ਅੰਮਾ ਉਹ ਜਿਹੜਾ ਦੀਨ ਸਿਖਾਇਆ ਸੀ ਉਹਦੀ ਕੀਮਤ ਦਿੱਤੀ ਨੇ ਜੀ ਜੀ ਸਹੀ ਜੀ ਜੀ ਬਿਸਮਿਲਲਾ ਮੈਂ ਲੱਖ ਵਾਰੀ ਆਖਾਂ ਜੀ ਬਿਸਮਿਲਲਾ ਮੈਂ ਨੌਕਰ ਇਹਨਾਂ ਪਰਦਾਦਾਰਾਂ 'ਚ ਵੰਡੋ ਮੇਰੀ ਸਹਿਣ ਗੱਠੜੀ ਖੋਲੀ ਪਹਿਲੇ ਹੀ ਕੜੀ ਚਾਹੀ ਇਵੇਂ ਇੱਕ ਇੱਕ ਪਰਦਾਦਾਰ ਤੋਂ ਦੇਖ ਕੇ ਬੀਬੀ ਰੋ ਕੇ ਬੈਠੀ ਆਦੀ ਪਹਿਲੇ ਕਿਹ ਕੁ ਪਵਾਵਾਂ ਜੈ ਬੰਦੇ ਦੀ ਦੀਦ ਮੇਰੇ ਪਾਸੇ ਮਰਹੂਮ ਆਗਾ ਹੁਸੈਨ ਬੱਖਰ ਵਾਲੇ ਅੱਲਾ ਦਰਜਾਤ ਬੁਲੰਦ ਕਰੇ ਉਹ ਫਰਮੈਂਦੇ ਹੁੰਦੇ ਹਨ ਉਸ ਵੇਲੇ ਜ਼ਮੀਨ ਹਲੀ ਹੈ ਜਿਹੜਾ ਸਭ ਤੋਂ ਪਹਿਲੇ ਅਲੀ ਅਸਗਰ ਦੀਆਂ ਮਾਂ ਕਿ ਮੈਂ ਕੁ ਪਵਾਵਾਂ ਇਹ ਤੁਹਾਡੀ ਮੁਹੱਬਤ ਹੈ ਤੁਹਾਡਾ ਕਮਾਲ ਹੈ ਜੀ ਬਿਸਮ ਜੀ ਬਿਸਮਿਲਲਾ ਮੈਂ ਨੌਕਰ ਸਹੀ ਬੀਬੀ ਮੈਂ ਕੁ ਪਵਾ ਸਾਰੀਆਂ ਪਰਦਾਦਾਰਾਂ ਕੋ ਕੜੀਆਂ ਮੇਰੀ ਸਹਿਣ ਪਵਾਈਆਂ ਆਖਿਰ ਤੇ ਬਚ ਗਈਆਂ ਦੋ ਬੀਬੀਆਂ ਹਬਜ ਦੀ ਸ਼ਾਹਜ਼ਾਦੀ ਅਤੇ ਮੇਰੀ ਆਲੀਆ ਸਹਿਣ ਕੌਣ ਹੈ ਜਿਹੜਾ ਹਬਜ ਦੀ ਸ਼ਾਹਜ਼ਾਦੀ ਕੋ ਨਾ ਜਾਣਦਾ ਹੋਵੇ ਹਰ ਕੋਈ ਜਾਣਦਾ ਈ ਸਹਿਣ ਫਿਜ਼ਾ ਨੇ ਜਿੱਥੇ ਹੀ ਮੰਗੀ ਹੈ ਜ਼ਿੰਦਗੀ ਮੰਗੀ ਔਰ ਦੁੱਖਾਂ ਵਾਸਤੇ ਮੰਗੀ ਹੈ ਭਾਈ ਜਾਨ ਹਿੱਕਾ ਜਾ ਹੈ ਜਿੱਥਾਂ ਮੌਤ ਮੰਗੀ ਐਸ ਮੁਲਤਾਨ ਵਾਲੇ ਉਹ ਦੂਰ ਦੂਰ ਦੇ ਆਜ਼ਾਦਾਰੋਂ ਕਿੱਥਾਂ ਮੌਤ ਮੰਗੀ ਐਸ ਉਸ ਵੇਲੇ ਮੌਤ ਮੰਗੀ ਐਸ ਜਦਾਂ ਆਲੀਆ ਬੀਬੀ ਆਖੇ ਅੰਮਾ ਫਿਜ਼ਾ ਮੈਂ ਕੋ ਕੜੀਆਂ ਪਵਾ ਆਦੀ ਹਾਏ ਮੈਂ ਮਦੀਨੇ ਮਰ ਗਈ ਹੋਵਾਂ
ਮੈਂ ਰਹਿਮਤ ਕੁਲ ਕੁਨਾ ਆਖਾਂ ਜੋ ਮੇਰੀ ਜ਼ਿੰਦਗੀ ਵਧਾਓ। ਜੀ ਜੀ ਮੈਂ ਨੌਕਰ ਬਾਬਾ ਮੈਂ ਲੱਖ ਵਾਰੀ ਆਖਾਂ ਜੀ ਬਿਸਮਿਲਾ। ਸਾਰੀਆਂ ਬੀਬੀਆਂ ਕੜੀਆਂ ਪਾ ਖੜੀਆਂ, ਬਸ ਗੱਲ ਖਤਮ ਬਈ। ਜਿਤਨੇ ਬੰਦੇ ਰੋਂਦੇ ਪਏ ਹੋ, ਕੜੀਆਂ ਪਾ ਖੜੀਆਂ, ਸਫ ਬਣ ਗਈ। ਮੈਂ ਅਦਰਾਨਾ ਸਫ ਦਾ ਤਾਲੁਕ ਨਮਾਜ਼ੀਆਂ ਨਾਲ ਹੁੰਦੇ ਸੀ। ਸਫ ਦਾ ਤਰਜਮਾ ਇਵੇਂ ਜਿਵੇਂ ਹਿੱਕ ਕਰੇ ਸਾਰੇ ਉਵੇਂ ਕਰੇ ਨੇ, ਇਵੇਂ ਹੁੰਦੇ। ਇਹ ਅਸਾਂ ਨਮਾਜ਼ ਪੜ੍ਹਦੇ ਹਾਂ ਅੱਲਾਹ ਅਕਬਰ, ਇਵੇਂ ਇਹ ਤਕਬੀਰਾਂ ਤੋਂ ਲੈਣਾ ਵਾਸਤੇ ਹੱਥ ਚਾਹੁੰਦੇ ਹਾਂ ਅੱਲਾਹ ਅਕਬਰ। ਇਹ 2 ਸੈਕਿੰਡ ਬਾਅਦ ਹੱਥ ਇੱਥਾ ਆ ਜਾਂਦੇ, ਜਾਂ 3-4 ਸੈਕਿੰਡ। ਇਹੋ ਅਲੀ ਦੀਆਂ ਧੀਆਂ ਕੋਈ ਏਡੀ ਸੋਹਣੀ ਨਮਾਜ਼ ਨੀਤੀ ਹੈ ਜੋ ਇਹ ਹੱਥ ਵੱਧ ਪੂਰਾ ਸਾਲ ਵੱਲੇ ਨੇ। ਜੀ ਜੀ ਮੈਂ ਨੌਕਰ ਸੀ ਮੈਂ ਲੱਖ ਵਾਰੀ ਸ਼ਾਲਾ ਦੁਨਿਆਵੀ ਗਮ ਚ ਕਦੇ ਹੈ ਨਾ ਕਰੋ। ਜੀ ਜੀ ਮੈਂ ਨੌਕਰ ਬਾਬਾ ਮੈਂ ਲੱਖ ਵਾਰੀ ਆਖਾਂ ਜੀ ਬਿਸਮਿਲਾ। ਮੈਂ ਸਦਕੇ ਥੀ ਮੈਂ ਆਖਣ ਸੌਖੇ ਬਾਬਾ ਇੱਥੇ ਹੀ ਮੈਂ ਅਗਰ ਨਾਰਾਜ਼ ਨਾ ਥੀ ਹੋ ਤਾਂ ਜੁਮਲਾ ਮੈਂ ਆਦਰ ਆਨਾ। ਜਿਹੜਾ ਘਰ ਵਜੇ ਤੇ ਅਗਰ ਤੇ ਕੁਸੇ ਨੀ ਸ਼ਰਮ ਆਵੇ, ਇਕੱਲੇ ਕਮਰੇ ਚ ਲਗਾ ਵਜੇ ਕੁੰਡੀ ਲਾਵੇ ਚਾਹ ਦਰਵਾਜ਼ਾ ਬੰਦ ਕਰੇ ਤੇ ਕੋਈ ਦੇਖੇ ਨਹੀਂ, ਘੜੀ ਦੇ ਉੱਤੇ ਟਾਈਮ ਦੇਖ ਕੇ ਸਿਰਫ 5 ਮਿੰਟ ਇਵੇਂ ਹੱਥ ਕਰਕੇ ਵੱਧ ਤੇ ਕੋ ਪਤਾ ਲੱਗੇ ਜੋ ਅਲੀ ਦੀ ਧੀ ਸਫ਼ਰ ਕਿਵੇਂ ਕੀਤੇ ਤੇ ਕੋ ਅੱਜ ਹੀ ਸਮਝ ਨਹੀਂ ਆਈ ਤਾਂ ਮੈਂ ਵੀ ਅਲਸ ਵੀ ਆਦਾਂ ਈ ਵਾਸਤੇ ਮੇਰੀ ਸੈਣੀ ਯਜ਼ੀਦ ਕੋ ਆਖੇ ਬੀਬੀ ਆਖੇ ਲਿਖ ਦੇਵੇ ਕੋ ਆਖ, ਇਹ ਮੇਰਾ ਮੁਤਾਲਬਾ ਹੈ ਲਿਖ ਦੇਵੇ ਅੱਜ ਤੋਂ ਬਾਅਦ ਕੋਈ ਪਰਦਾਦਾਰ ਕੜੀਆਂ ਨਾ ਪਾਵੇ। ਮੇਰੀ ਜੀਵੇਂ ਨਿਭੀ ਨਿਭ ਗਈ, ਅੱਜ ਤੋਂ ਬਾਅਦ ਕੋਈ ਪਰਦਾਦਾਰ ਕੜੀਆਂ ਬੋਲੋ ਨਾ ਪਾਵੇ। ਕੜੀਆਂ ਪਾ ਖੜੀਆਂ ਕੈਨਾਤ ਚ ਇਹ ਪਹਿਲੇ ਮਕਤੂਲ ਇਨ ਜਿਹੜੇ ਕੜੀਆਂ ਪਾਈ ਖੜੇ, ਹਮੇਸ਼ਾ ਕਾਤਲ ਕੜੀਆਂ ਪੈਂਦੇ ਨੇ, ਇਵੇਂ ਕੜੀਆਂ ਪਾ ਖੜੀਆਂ ਤੇ ਵੱਤ ਭੇਣ ਕਾਤਲ ਕੋਲ ਖੜੀ ਪੁੱਛਦੀ ਹੈ ਮੈਂ ਬਿਰਾ ਕਰਾਂ। ਜੇ ਕੋ ਹੈ ਨਹੀਂ ਆਉਂਦੀ ਉਹ ਬੰਦਾ ਮਰਜ਼ੀ ਕਰੇ ਬਾਈ ਜੀ ਬਿਸਮਿਲਾ। ਮੈਂ ਨੌਕਰ ਜੇ ਆਖੇ ਨਾ ਮੈਂ ਰੋਵਾਂ ਕਾਤਲ ਜਿਹੜਾ ਹਰਾਮੀ ਹੈ ਉਹ ਆਦੇ ਸਾਰੇ ਕੋਲ ਟਾਈਮ ਕੋਈ ਨਹੀਂ, ਜਦ ਆਖੇ ਨਾ ਸਾਰੇ ਕੋਲ ਟਾਈਮ ਕੋਈ ਨਹੀਂ। ਮੇਰੀ ਸੈਣ ਪੁੱਤਰ ਕੋ ਆਖੇ ਕੀ ਆਦ ਹੈ ਅੰਮਾ ਉਹ ਆਦੇ ਟਾਈਮ ਕੋਈ ਨਹੀਂ, ਬੀਬੀ ਆਦੀ ਵੱਲ ਆ ਮੈਂ ਇਹਦੀ ਮੁਹਤਾਜ ਹਾਂ, ਮੈਂ ਇਹਦੀ ਮੁਹਤਾਜ ਹੀ ਨਾ, ਮੈਂ ਇਹਦੀ ਕਹਿ ਦੇਣੀ ਨਾ, ਮੈਂ ਬਿਰਾ ਦੀ ਮੁਹੱਬਤ ਦੀ ਕਹਿ ਦੇਣੀ, ਵਰਨਾ ਮੈਂ ਕੋਈ ਕੜੀਆਂ ਪਾ ਹੀ ਨਹੀਂ ਸਕਦਾ। ਮੈਂ ਸ਼ਾਮ ਮੰਨਣਾ ਹੈ ਇਹ ਮੇਰੇ ਬਾਬੇ ਤੇ ਜਿਹੜੇ ਇਲਜ਼ਾਮ ਲਏ ਹਨ ਮੈਂ ਉਹ ਮੁਕਾਉਣੇ ਨੇ। ਮੇਰੇ ਬਿਰਾ ਦੇ ਖਿਲਾਫ ਜਿਹੜਾ ਬਾਗੀ ਕਰਕੇ ਮਾਰਾ ਨੇ ਉੱਥੋਂ ਦਸੇ ਸਾਂ ਨਮਾਜ਼ੀ ਹੈ ਬੀਬੀ ਆਦੀ, ਵਰਨਾ ਕੋਈ ਮੈਂ ਉੱਥਾਂ ਨਹੀਂ ਨਹੀਂ ਸਕਦਾ। ਬੀਬੀ ਆਦੀ ਤੂੰ ਇੱਕ ਕੁਝ ਨਾ ਆਖ ਮਾਸੂਮਾਂ ਤੂੰ ਵਾਲ ਖੋਲ, ਅਮਾ ਮੇਰੇ ਹੱਥ ਵੱਧੇ ਹੋਏ ਨੇ ਇਹ ਲਫ਼ਸ ਮੈਂ ਕਦੇ ਕਦੇ ਪੜ੍ਹਦਾ ਮਜ਼ਮੂਨ ਤਾਂ ਮੈਂ ਪੜ੍ਹਦਾ ਰੁਟੀਨ 'ਚ। ਇਹ 2 ਕਾਫਲੇ ਦੇ ਵਿੱਚ ਕੈਦੀ ਹਨ ਜਿਨ੍ਹਾਂ ਦੇ ਹੱਥ ਰੱਸੀਆਂ ਨਾਲ ਨਹੀਂ ਬੱਧੇ, ਇੱਕ ਮੇਰੀ ਮਾਸੂਮਾ ਸਹਿਣ ਵੀ ਆ ਸਰਕਾਰ ਬਾਕਿਰ ਉਲ ਉਲੂਮ, ਇਹਨਾਂ ਦੇ ਹੱਥ ਇਹਨਾਂ ਦੀਆਂ ਜ਼ੁਲਫਾਂ ਨਾਲ ਬੱਧੇ। ਹਾਏ ਉਹ ਨਹੀਂ ਆਉਂਦੀ ਜਿਹੜਾ ਸਾਦੇ ਹਾਏ ਕਰ, ਹਾਏ ਉਹ ਹੁੰਦੀ ਹੈ ਜਿਹੜੀ ਜਿਗਰ ਚੋਂ ਨਿਕਲਦੀ ਹੈ ਜੀ ਬਿਸਮਿਲਾ। ਮਾਸੂਮਾ ਸਰ ਹਿਲਾ ਬੀਬੀ ਸਰ ਹਿਲੇ ਨਾਲ ਕਰਬਲਾ ਦੀ ਜ਼ਮੀਨ ਹਲੀਏ, ਸ਼ਿਮਰ ਤਾਜ਼ੀਆਨਾ ਚਾਹ ਕੇ ਭੱਜੇ ਮੇਰੇ ਮੌਲਾ ਸਜਾਦ ਦੋ। ਬੀਬੀ ਆਦੀ ਜ਼ਾਲੇ ਮਾਂ ਵੀ ਆ ਚਾਹੇ ਮਾਂ ਤੂੰ ਜ਼ਰਬਾ ਮਰੇਂਦਾ ਰਹੇ ਮੈਂ ਚੁੱਪ ਰਹੀ ਹਾਂ, ਹੁਣ ਮੇਰੇ ਪੁੱਤਰ ਦੇ ਨੇੜੇ ਨਾਵੇਂ ਕਿਆਮਤ ਆਵੇ ਸੀ ਆ ਇਹਦੇ ਸਜਾਦ ਕਿਆਮਤ ਆ ਗਈ ਹੈ। ਮੇਰਾ ਮੌਲਾ ਫਰਮਾਇੰਦੇ ਨਹੀਂ ਕਿਆਮਤ ਸੁਗਰਾ ਹੋ ਸਕਦੀ ਹੈ, ਕਿਉਂ ਪੇ ਬਣਾਉਂਦੇ ਹੋ ਮੇਰੇ ਇਮਾਮਾ ਦੇ ਰੋਵਣ ਜੋ ਨਾ ਦਿੰਦੇ, ਯਾਦੇ ਕਿਆਮਤ ਨਾ ਬਣਾਓ ਹਿੱਕ ਹਿੱਕ ਵਹਿਣ ਦੀ ਇਜਾਜ਼ਤ। ਇਹ ਪਰਦਾਦਾਰ ਮਾਵਾਂ ਤੇ ਭੈਣਾਂ ਸਮਝ ਸਨ ਸੱਕੇ ਬਿਰਾ ਦੀ ਲਾਸ਼ ਤੇ ਸੱਕੀ ਭੈਣ ਹਿੱਕ ਵਹਿਣ ਨਾਲ ਰਜਦੀ ਏ। ਬੀਬੀ ਆਦੀ ਵੱਲਾਈ ਬਹੁ ਬੀਬੀ ਆਦੀ ਵੰਜਦੇ ਦੀਆਂ ਬੀਬੀ ਆਦੀ ਵੰਜਦੇ ਦੀਆਂ ਦੇਖਾਂ ਨਮਾਜ਼ ਕਿਵੇਂ ਪੜੀਏ। ਜੀ ਬਾਬਾ ਮੈਂ ਨੌਕਰ ਮੇਲਾ ਖੁਆਰੀ ਆਖਾਂ ਮੌਲਾ ਦਾ ਬਜ਼ੁਰਗ ਮਦਾ
ਉਹ ਪੈ ਪੜਦੇ ਆਏ ਬੀਬੀ 24 ਟਿੱਬਾਂ ਤੋਂ ਚੜੀ ਹੈ ਤੇ ਲੱਥੀ ਹੈ ਆਖਰੀ ਟਿੱਬੇ ਕੋਲ ਆ ਕਿਆ ਜੇ ਸਜਾਦ ਮੈਂ ਕੁੰਭੇਰਾ ਨਹੀਂ ਲੱਭਦਾ ਇਮਾਮ ਦੇ ਇਨ੍ਹਾਂ ਤੀਰਾਂ ਪੱਥਰਾਂ ਦੇ ਤਲੇ ਤੇਰਾ ਬਿਹਰਾ ਹੈ ਬੀਬੀ ਆਦੀ ਤੀਰਾਂ ਪੱਥਰਾਂ ਹਟੋਲੀਓ ਮੈਂ ਬਿਹਰਾ ਕੋ ਮਿਲਣ ਤੀਰ ਪੱਧਰ ਨੇ ਜੇ ਉੱਡਣ ਲੱਗੇ ਵਿੱਚੋਂ ਆਵਾਜ਼ ਆਈ ਲੈ ਆਖਈ ਜਦੋਂ ਲੁੱਟੀ ਗਈ ਆਵਾਜ਼ਾਂ ਦੇ ਉਹ ਲੈ ਆਖਿਆ ਜਦੋਂ 9 ਲੱਖ ਪਿਆ ਮਰੇ ਆਦਾ ਬੈਠਾ ਮੁਸਲਮਾਨਾ ਮੇਰੀਆਂ ਭੇੜੀ ਰੁਲ ਕਮਾਲ ਹੈ ਬਈ ਤੁਹਾਡੀ ਕਮਾਲ ਹੈ ਬਈ ਜੀ ਬਾਬਾ ਮੈਂ ਨੌਕਰ ਮੈਂ ਲੱਖ ਵਾਰੀ ਆਖਿਆ ਇੰਤਜ਼ਾਰ ਖਤਮ ਜੀ ਬਾਬਾ ਮੈਂ ਨੌਕਰ ਜਿਹੜਾ ਬੰਦਾ ਅੱਜਾ ਨਹੀਂ ਰੁਨਾ ਥੱਕ ਗਏ ਤਾਂ ਗਿੱਲਾ ਨਹੀਂ ਅੱਖਾਂ ਚ ਆਸੂ ਤਾਂ ਤੁਹਾਡੇ ਚਿਹਰਾ ਤੇ ਥੱਕਣ ਤਾਂ ਹੈ ਤੇ ਜਿਹਨਾਂ ਦਾ ਮੈਂ ਦੁੱਖ ਪੜਦਾ ਪਿਆ ਇਹ 9ਵੀਂ ਦੀ ਰਾਤ ਹੀ ਕੋਈ ਸੁੱਤੀਆਂ ਮਤਲਬ 9ਵੀਂ ਦੇ ਦਿਨ ਸਾਰਾ ਲਾਸ਼ਾਂ ਰਹਿਦੀਆਂ ਰਹੀਆਂ ਤੇ 11 ਦੀ ਰਾਤ ਕਲਮੇ ਪੜਨ ਵਾਲੇ ਇਹਨਾਂ ਕੋ ਮਰੇਂਦੇ ਰਹਿਣ ਜੀ ਬਾਬਾ ਮੈਂ ਨੌਕਰ ਮੈਂ ਲੱਖ ਵਾਰੀ ਆਖਾਂ ਗੈਰਤ ਵਾਲਿਓ ਬੀਬੀ ਭਰਾ ਦੇ ਕੋਲ ਆਈਏ ਭਰਾ ਦੀ ਲਾਸ਼ ਬਰਾਮਦ ਹੋਈਏ ਬੀਬੀ ਆਦੀ ਹੁਸੈਨ ਬੇਹਣ ਮਿਲਣ ਕੋਈ ਜਵਾਬ ਨਹੀਂ ਆਇਆ ਦੂਜਾ ਵੈਣ ਕਰਕੇ ਆਦੀਏ ਬੋਲ ਮੈਂ ਕੋਈ ਸਾਲ ਟਿਕਣਾ ਹੈ ਕੋਈ ਜਵਾਬ ਨਹੀਂ ਆਇਆ ਬੀਬੀ ਆਦੀ ਹੁਸੈਨ ਬੇਣ ਕੜੀਆਂ ਪਾ ਕੇ ਆਈ ਖੜੀ ਆਈ ਜੀ ਬਾਬਾ ਮੈਂ ਨੌਕਰ ਮਜ਼ਲੂਮ ਹੈ ਕਰਬਲਾ ਦੇ ਕੱਪੇ ਗਲੀ ਚ ਆਵਾਜ਼ ਹੈ ਬਹਿਣ ਜਿੱਥੋਂ ਪਿਆਰ ਜ਼ਿਆਦਾ ਹੋਵੇ ਉੱਥੋਂ ਹੁਜ ਜ਼ਿਆਦਾ ਹੁੰਦੀ ਹੈ ਜਿੱਥੋਂ ਹੁਜ ਜ਼ਿਆਦਾ ਹੋਵੇ ਉੱਥੋਂ ਅਰਮਾਨ ਜ਼ਿਆਦਾ ਲੱਗਦਾ ਹੈ ਮੇਰੇ ਕੋਲ ਨਾਨਾ ਆਏ ਮੇਰੇ ਕੋਲ ਬਾਬਾ ਆਏ ਮੇਰੇ ਕੋਲ ਮਾਂ ਆਈ ਹੈ ਮੈਂ ਤੇਰਾ ਰਾਹ ਦੇ ਦਰੀਆਂ ਤੂੰ ਨਹੀਂ ਆਈ ਬੀਬੀਆਂ ਦੀ ਤੇਰਾ ਦਿਲ ਮਨੇਂਦੇ ਮੈਂ ਸੌਖੀ ਹਮ ਤੇ ਨਾ ਆਈ ਤੇਰੀ ਸ਼ਹਾਦਤ ਦੀ ਕਸਮੇ ਅੱਜਾ ਖੂਨ ਤਾਰੇ ਤੇਰੀ ਗਰਦਨ ਦਾ ਮੇਰਾ ਵੀਰਨ ਬੰਦ ਨਹੀਂ ਥੀਆ ਇੱਕ ਦਸਤਾ ਘਿਨੇ ਜੀ ਬਾਬਾ ਮੈਂ ਨੌਕਰ ਮੇਲਾ ਕੁਆਰੀਆ ਖਾਨ ਜੀ ਬਿਸਮਿਲਾ ਮੈਂ ਨੌਕਰ ਨਾਰਾਜ਼ ਨਾ ਹੋ ਸੋ ਬੀਬੀ ਆਦੀ ਹੁਸੈਨ ਇੱਕ ਵੇਣ ਦੀ ਇਜਾਜ਼ਤ ਮਿਲੀ ਬੀਬੀ ਆਦੀ ਦੱਸਾ ਮੈਂ ਕਹਿ ਕਰੋ ਵਾ ਮੁਕਹਿੰਦਾ ਭਾਈ ਬਈ ਮੇਰੇ ਦੀ ਖੈ ਮੁਕਹਿੰਦਾ ਬੀਬੀ ਆਦੀ ਹਿਕ ਵੈਣ ਦੀ ਜਾਦਾ ਤੂੰ ਦੱਸਾ ਕਹਿ ਕਰੋ ਵਾ ਇਮਾਮ ਆਦੇ ਗਾਜ਼ੀ ਕੁਰੋ ਬੀਬੀ ਆਦੀ ਗਾਜ਼ੀ ਕੋ ਨਾ ਰੋਂਦੀ ਇਮਾਮ ਆਦੇ ਵਾ ਤੂੰ ਕੁਰੋ ਜੇ ਕੋ ਬੁਰਕਾ ਚ ਲੁਕੈਂਦੀ ਰਹੀ ਏ ਬੀਬੀ ਆਦੀ ਅਚਾਨਕ ਬਰ ਖੁਨਾ ਰੋਂਦੀ ਮਾਮਾ ਦੇ ਊ ਖੁਰੋ ਜਿੰਦੀ ਲਾਸ਼ ਤੇ ਘੋੜੇ ਭੱਜ ਗਏ ਬੀਬੀ ਆਦੀ ਊ ਖੁਨਾ ਰੋਂਦੀ ਮਾਮਾ ਦੇ ਉਲਾ ਖੁਰੋ ਜਿਹੜੇ ਜਾਗੀਰ ਦੇ ਬਹਿਰ ਵੰਜ ਲੱਗ ਬੀਬੀ ਆਦੀ ਉਲਾ ਖੁਨਾ ਰੋਂਦੀ ਮੈਂ ਰੋਵਣਾ ਤਾਂ ਸਿਰਫ ਤੇ ਖੋਏ ਤੂੰ ਮੈਨੂੰ ਦੱਸਾ ਮੈਂ ਤੇਰਾ ਕਿਹੜਾ ਨਾਂ ਚਾਵਾਂ ਇਮਾਮ ਆਦੇ ਦੱਸਾ ਬੀਬੀ ਆਦੀ ਜਿਬਰਾਈਲ ਦੇ ਪਰਾਂ ਤੇ ਸੰਮਣ ਲਾ ਖਾਂ ਮੋਹਰੇ ਨਬੂਆ ਦਾ ਸਵਾਰਾ ਖਾਂ ਜ਼ਖਮੀਆਂ ਖਾਂ ਬੇਵਤਨ ਖਾਂ ਇਮਾਮ ਆਦੇ ਭੈਣ ਜਦੋਂ ਭੇਰਾ ਮਰ ਵਣੇ ਭਰਾ ਜਿਹੜਾ ਗਰੀਬ ਹੋਏ ਭੇਣੀ ਨਵਾਬ ਸੜ ਕੇ ਰੋਂਦੀਆਂ ਬੀਬੀ ਆਦੀ ਮੈਡੋ ਦੇਖ ਨਵਾਬਾਂ ਦੀਆਂ ਭੈਣਾਂ ਹੀ ਜੋਨੇ ਬੀਬੀ ਆਦੀ ਕੜੀਆਂ ਪਈ ਖੜੀਆਂ ਉਹ ਚਾਦਰ ਲੁਟਈ ਜੀ ਬਾਬਾ ਮੈਂ ਨੌਕਰ ਮੈਂ ਲੱਖ ਵਾਰੀ ਆਖਾਂ ਇੱਥੇ ਹੀ ਮੁਕਾ ਦਿੱਤਾ ਮੇਰੇ ਹਿੱਸੇ ਦੇ ਆਸੂ ਆ ਗਏ ਅੱਲਾ ਦੀ ਕਾਇਨਾਤ ਚ ਨਿਗਾਹ ਮਾਰ ਕੇ ਦਿਖਾਓ ਮੈਂ ਅੱਖੀ ਨਾਲ ਦਿੱਠਾ ਪਿਓ ਦੁਨੀਆ ਤੋਂ ਤੁਰ ਗਏ ਬੇਟਾ ਹੁੰਦਾ ਗੈਰ ਮੁਲਕ ਆਈ ਮੈਂ ਕੁਮੌਲਾ ਦੀ ਕਸਮ ਜਨਾਜ਼ੇ ਦੇ ਬਾਅਦ ਉਹਨਾਂ ਐਲਾਨ ਕੀਤਾ ਜਿਹੜਾ ਵੰਜਣਾ ਚਾਹੁੰਦਾ ਚਲਾ ਵੰਜੇ ਅੱਜ ਅਸਾਂ ਦਫ਼ਨ ਨਹੀਂ ਕਰਨਾ ਪੁੱਤਰ ਆਸੀ ਉਹ ਮੂੰਹ ਦੇਖ ਸੀ ਤੇ ਖੁਦ ਦਫ਼ਨ ਕਰੇ ਸੀ
ਜਿਹੜੇ ਬੰਦੇ ਰੋਂਦੇ ਪਏ ਹੋ, ਮੈਂ ਕੋ ਮਿੰਬਰ ਦੀ ਕਸਮ ਏ, ਪਿਓ ਦੁਨੀਆ ਤੋਂ ਤੁਰ ਵਣੇ, ਪੁੱਤਰ ਕੈਨਾਤ ਦੇ ਕਹੇ ਕੋਨੇ ਚੋਵੇ ਜਨਾਜ਼ੇ ਤੇ ਜ਼ਰੂਰ ਆਂਦਾ ਏ, ਮੈਂ ਕੋ ਮਿੰਬਰ ਦੀ ਕਸਮ ਏ, ਪਹਿਲਾ ਪੁੱਤਰ ਨਾ ਜਾਂਦਾ ਸਜਾ ਦੇ, ਕੜੀਆਂ ਪਾ ਕੇ ਲਾਸ਼ਾਂ ਚ ਰੋਂਦਾ ਵੱਡਾ ਏ, ਹੱਕਲ ਮਾਰ ਕੇ ਵਧਾ ਦੇ, ਮੈਂ ਤੇ ਕੋਈ ਮਕਤੂਲ ਉਹ ਨਾਰਾਜ਼ ਨਥੀ ਵੇ, ਤੁਹਾਨੂੰ ਮੈਂ ਦਫਨਾ ਨਹੀਂ ਸਕਦਾ, ਮੇਰੇ ਹੱਥ ਪਾ ਸਦਾ ਸਲਾਮਤ ਰਹੀ, ਸਦਾ ਸੁਖੀ ਰਹੀ। ਇੱਥੇ ਲਹਿਨੇ ਦੌਦੀ ਮੇ ਮਸਹਬ ਆਲੇ ਮੁਹੰਮਦ ਬਿਆਨ ਫਰਮਾ ਰਹੇ ਥੇ, ਜਨਾਬ ਬਾਬਾ ਸੈਯਦ ਨਜਮੁਲ ਹਸਨ ਸ਼ਾਹ ਸਾਹਿਬ ਆਫ ਨੋਤਕ ਇਤਮਨਾਨ ਸੇ ਤਸ਼ੀਫ ਰੱਖੇ। ਕਬਲ ਇਸਕੇ ਕਿ ਮੁਅੱਜ਼ਿਨ ਵਿਲਾਇਤ ਯਾਨੀ ਆ ਜਾਵੇ 5-7 ਮਿੰਟ ਬਸ।